ਫਿਕਰ ਹੈ ਤੇ ਮਰਿਆਦਾ ਜਿਹੜੀ ਕਿ ਪੰਥ ਨੂੰ ਇੱਕ ਮਾਲਾ ਵਿੱਚ ਭਰੋ ਸਕਦੀ ਹੈ ਪਰ ਆਮ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਦੇ ਉੱਤੇ ਇਹ ਬਹੁਤ ਵੱਡੀ ਜ਼ਿੰਮੇਵਾਰੀ ਸੀ ਇਸ ਨੂੰ ਲਾਗੂ ਕਰਨਾ ਪੂਰੇ ਪੰਥ ਤੇ ਲਾਗੂ ਕਰਾਣਾ ਪਰ ਆਮ ਦੋਸ਼ ਲੱਗਦਾ ਵੀ ਇਸ ਮਰਿਆਦਾ ਨੂੰ ਨਾ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁਰੂ ਘਰਾਂ ਵਿੱਚ ਲਾਗੂ ਕੀਤਾ ਜਾਂਦਾ ਤੇ ਨਾ ਹੀ ਇਹਦਾ ਬਹੁਤਾ ਪ੍ਰਚਾਰ ਕੀਤਾ ਜਾਂਦਾ ਇਦੇ ਬਾਰੇ ਜਦੋਂ ਕੌਮ ਦੇ ਵਿੱਚ ਕੋਈ ਦੁਚਿੱਤੀ ਪੈਦਾ ਕਰਨੀ ਹੁੰਦੀ ਹੈ ਤਾਂ ਇਹੋ ਜਿਹੇ ਮਸਲੇ ਖੜੇ ਕਰ ਦਿੱਤੇ ਜਾਂਦੇ ਪਰ ਤੁਸੀਂ ਮੰਨਦੇ ਵੀ ਜਿਹੜੇ ਅਕਾਲ ਪਤਿ ਸਾਹਿਬ ਦੇ ਸਾਡੇ ਜਥੇਦਾਰ ਸਾਹਿਬ ਹੋਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੋਣ ਉਹਨਾਂ ਨੂੰ ਐਸੇ ਸਥਾਨ ਜਿਹੜੇ ਪੰਜਾਬ ਦੇ ਵਿੱਚ ਹੈ ਬਾਹਰ ਤੋਂ ਛੱਡੀਏ ਪੰਜਾਬ ਦੇ ਵਿੱਚ ਐਸੇ ਸਥਾਨ ਨੇ ਉਹਨਾਂ ਦੇ ਜਾਣ ਤੋਂ ਗ੍ਰੇਜ਼ ਕਰਨਾ ਚਾਹੀਦਾ ਜਾਂ ਫਿਰ ਉਹਨਾਂ ਨੂੰ ਪਹਿਲੇ ਦੱਸਣਾ ਚਾਹੀਦਾ ਵੀ ਤੁਸੀਂ ਜੀ ਇਹ ਮਰਿਆਦਾ ਲਾਗੂ ਕਰੋ ਤੋ ਕਿਤੇ ਜਾਣਾ ਗਲਤ ਨਹੀਂ ਪਰ ਉਥੇ ਜਾ ਕੇ ਆਪਣਾ ਮੈਸੇਜ ਦੇਣਾ ਜ਼ਰੂਰੀ ਹੈ ਤੇ ਜੇ ਆਪਣਾ ਮੈਸੇਜ ਨਹੀਂ ਦੇ ਸਕਦੇ ਤੇ ਫਿਰ ਉਹਨਾਂ ਦਾ ਉਥੇ ਜਾਣਾ ਵਾਜਬ ਨਹੀਂ ਇਤਨਾ ਟਿੱਪਣੀ ਆਈ ਹੈ ਉਹ ਕਹਿੰਦੇ ਆ ਵੀ ਆਰਐਸਐਸ ਵੀ 1920 ਦੇ ਨੇੜੇ ਜਿਹੜੇ ਬਣੀ ਸੀ ਆਰਐਸਐਸ ਸੰਸਥਾ ਉਹਨੂੰ ਵੀ 100 ਸਾਲ ਹੋ ਗਏ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਰਐਸਐਸ ਵੱਲੋਂ ਪੂਰਾ ਦੇਸ਼ ਸੰਭਾਲ ਲਿਆ ਗਿਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਾਰਾ ਦੇ ਸਰੂਪ ਨਹੀਂ ਸੰਭਾਲ ਸਕਦਾ ਦਫਤਰੀ ਹੀਰਾ ਫੇਰੀ ਮਾਇਕ ਹੀਰਾ ਫੇਰੀ ਇੱਕ ਗਵਨਤਾ ਹੈ ਗੈਰ ਜ਼ਿੰਮੇਵਾਰੀ ਹੈ ਪਰ ਜੇ ਤੁਸੀਂ ਕਹੋ ਕਿ ਬੇਅਦਬੀ ਹੋਈ ਹੈ ਉਹ ਗੱਲ ਨਹੀਂ ਹੋਈ ਜੇ ਪ੍ਰਧਾਨ ਹੀ ਕਹਿਣਾ ਸ਼ੁਰੂ ਹੋ ਜਾਏਗਾ ਜੀ ਇਹ ਬੀੜਾ ਜਿਹੜੀਆਂ ਹੈ ਗਿਆਨ ਉਹ ਗੁੰਮ ਹੋ ਗਈਆਂ ਗਵਾਚ ਗਈਆਂ ਤੇ ਫਿਰ ਆਮ ਸਿੱਖ ਨੇ ਤਾਂ ਫਿਰ ਸਮਝਣਾ ਹੀ ਹੈ ਨਾ ਕਿ ਵੀ ਇਹ ਗੜਬੜੀ ਹੈ ਕੋਈ ਜ਼ਰੂਰ ਕੁਝ ਬੇਅਦਬੀ ਦੀ ਗੱਲ ਹੈ ਜਿਹਦੇ ਤੇ ਪਰਦਾ ਪਾਉਂਦੇ ਪਏ ਤੁਸੀਂ ਕੀ ਕਹੋਗੇ ਗਿਆਨੀ ਗੁਰਬਚਨ ਸਿੰਘ ਦਾ ਕਾਰਜਕਾਲ ਤੇ ਮੌਜੂਦਾ ਭਾਈ ਹਰਪ੍ਰੀਤ ਸਿੰਘ ਜੀ ਦੇ ਜਿਹੜੇ ਬਿਆਨ ਨੇ ਉਹ ਬਹੁਤ ਤਿੱਖੇ ਹੋਇਆ ਕਰਦੇ ਆ ਗਰਮ ਬਿਆਨ ਦਿੰਦੇ ਆ ਤੁਸੀਂ ਮੰਨਦੇ ਹੋ ਕੋਈ ਫਰਕ ਹੈ ਜਾਂ ਸਿਰਫ ਪਿੱਛੋ ਹੀ ਆਉਂਦੇ ਆ ਪੜੇ ਜਾਂਦੇ ਆ ਅਕਾਲ ਤਖਤ ਸਾਹਿਬ ਕੌਮ ਦਾ ਥਾਣਾ ਨਹੀਂ ਹੈਗਾ ਜਿਹੜਾ ਕ੍ਰਿਮੀਨਲ ਕੰਮ ਹੈ ਉਹ ਜਿਹੜਾ ਸਮਾਜ ਨੇ ਕ੍ਰਾਈਮ ਵਾਸਤੇ ਜਿਹੜੀਆਂ ਸੰਸਥਾਵਾਂ ਬਣਾਈਆਂ ਉਹਦੇ ਰਾਹੀ ਹੀ ਹੋਣਾ ਹੈ ਬਾਕੀ ਜਿਹੜਾ ਕੌਮੀ ਕਾਰਜਨ ਜੇ ਕਿਸੇ ਨੂੰ ਛੇਕਣਾ ਹੈ ਕਿਸੇ ਨੂੰ ਸਨਮਾਨਿਤ ਕਰਨਾ ਹੈ ਇਹ ਜਿਹੜੇ ਕੌਮੀ ਕਾਰਜਨ ਇਹ ਜਿਹੜਿਆਂ ਨੈਕਾਲਤਕਤ ਸਭ ਦੇ ਸਥਾਨ ਤੇ ਹੀ ਹੋਣਗੇ ਕਿਉਂਕਿ ਇਹ ਸ਼ਰਮਣੀ ਕਮੇਟੀ ਨਹੀਂ ਕਰ ਸਕਦੀ ਜਿਵੇਂ ਕਿ ਗੁਰਬਾਣੀ ਦੇ ਜਿਹੜੇ ਅਰਥ ਜਾਂ ਗੁਰਬਾਣੀ ਦੇ ਕੀਰਤਨ ਕਰਨ ਸਬੰਧੀ ਇਹ ਕਿਹਾ ਜਾਂਦਾ ਵੀ ਜਦੋਂ ਤੁਸੀਂ ਸਥਾਈ ਬਣਾਣਾ ਹੈ ਜਾਂ ਟੇਕ ਮੇਕ ਮੇਨ ਰੱਖਣੀ ਹੈ ਉਹ ਰਹਾਉ ਵਾਲੇ ਬੰਦ ਨੂੰ ਭਾਈ ਗੁਰਦਾਸ ਦੀਆਂ 12 ਦੀ ਲਾਸਟ ਤੁਕ ਨੂੰ ਤੁਸੀਂ ਮੇਨ ਸਥਾਈ ਬਣਾਣਾ ਹੈ ਪਰ ਜਦੋਂ ਅਸੀਂ ਹੁਣ ਦੇਖਦੇ ਆਂ ਦੀਵਾਲੀ ਦੇ ਮੌਕੇ ਦੇ ਉੱਤੇ ਸ੍ਰੀ ਦਰਬਾਰ ਸਾਹਿਬ ਵਿੱਚ ਇੱਕ ਸ਼ਬਦ ਬਹੁਤ ਜ਼ਿਆਦਾ ਗਾਇਆ ਜਾਂਦਾ ਭਾਈ ਗੁਰਦਾਸ ਦੀ ਬਾਣੀ ਵਿੱਚੋਂ ਦੀਵਾਲੀ ਦੀ ਰਾਤ ਦੀਵੇ ਭਾਲੀਏ ਇਵਨ ਕਿ ਇਸ ਵਾਰ ਤਾਂ ਚੰਦੂਆ ਸਾਹਿਬ ਦੇ ਉੱਪਰ ਵੀ ਜਿਹੜੀ ਮੇਨ ਤੋਕ ਹੁੰਦੀ ਆ ਉਹ ਲਿਖੀ ਗਈ ਸੀ ਤੁਹਾਨੂੰ ਮੰਨਦੇ ਵੀ ਇਹ ਲਾਪਰਵਾਹੀ ਸੀ ਜਾਂ ਸਾਜ਼ਿਸ਼ ਸੀ ਅਗਿਆਨਤਾ ਕਹਾਂਗੇ ਤੇ ਫਿਰ ਇਹ ਜੇ ਆਪਾਂ ਕਈ ਵੀ ਸ੍ਰੀ ਦਰਬਾਰ ਸਾਹਿਬ ਤੋਂ ਅਗਿਆਨਤਾ ਦਾ ਪ੍ਰਚਾਰ ਹੋ ਰਿਹਾ ਜੀ ਪੰਜਾਬੀ ਲੋਕ ਚੈਨਲ ਲਈ ਮੈਂ ਹਰਪਾਲ ਸਿੰਘ ਸੁਨਾਮ ਆਪ ਜੀ ਦਾ ਸਵਾਗਤ ਕਰਦਾ ਹਾਂ ਪੰਥ ਦੀ ਮਹਾਨ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੁਨਹਿਰਾ ਇਤਿਹਾਸ ਅੱਜ 100 ਸਾਲਾ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ ਇਹ ਸਥਾਪਨਾ ਦਿਵਸ ਦੇ ਉੱਤੇ ਅਸੀਂ 100 ਸਾਲ ਦੇ ਸਫ਼ਰ ਦੀ ਬਾਬਤ ਗੱਲਬਾਤ ਤੇ ਉਹਨਾਂ ਦੀ ਜਾਣਕਾਰੀ ਦੇਣ ਵਾਸਤੇ ਬੀਬੀ ਕਿਰਨਜੀਤ ਕੌਰ ਜੀ ਸਾਡੇ ਨਾਲ ਹਾਜ਼ਰ ਨੇ ਆਪਾਂ ਪੈਂਦੀ ਨਾਲ ਗੱਲਬਾਤ ਕਰਦੇ ਆਂ ਤੇ ਪੁੱਛਦੇ ਆਂ ਕਿ ਇਸ ਦਾ ਜਿਹੜਾ ਸਫਰ ਕਿ ਹੋ ਜਾ ਹਾਂਜੀ ਪੈਂਦੀ ਸਭ ਤੋਂ ਪਹਿਲੇ ਪੰਜਾਬੀ ਲੋਕ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪੈਂਦੀ ਜਿਹੜੀ ਮਹਾਨ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਦੀ ਸਥਾਪਨਾ ਦਾ ਮੁੱਖ ਉਦੇਸ਼ ਇਹ ਰੱਖਿਆ ਗਿਆ ਸੀ ਗੁਰਧਾਮਾਂ ਦੀ ਸੇਵਾ ਸੰਭਾਲ ਧਰਮ ਦਾ ਪ੍ਰਚਾਰ ਕਰਨਾ ਜਿਹੜੇ ਇਹ ਵੱਡਾ ਮਿਸ਼ਨ ਲੈ ਕੇ ਚੱਲੀ ਸੀ ਤੁਸੀਂ ਮੰਨਦੇ ਹੋ ਵੀ ਇਸ ਮਿਸ਼ਨ ਦੇ ਵਿੱਚ ਕਿੰਨੀ ਕਾਮਯਾਬ ਹੋਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਕੌਮ ਦੇ ਸਿੱਖੀ ਜਜ਼ਬੇ ਨਾਲ ਬਣੀ ਹੋਈ ਸੰਸਥਾ ਹੈ ਇਹ ਜਿਹੜੀ ਸਿੱਖਾਂ ਦੀ ਇੱਕ ਪੁਨਰ ਜਾਗਰਤੀ ਲਹਿਰ ਚੱਲੀ ਸੀ ਇਹ ਉਹਦਾ ਇੱਕ ਨਤੀਜਾ ਹੈ ਤੇ ਜਦੋਂ ਦਾ ਸ਼ਰਮਣੀ ਕਮੇਟੀ ਬਣੀ ਹੈ ਜਿਸ ਤਰ੍ਹਾਂ ਸੰਘਰਸ਼ ਤੇ ਨਾਲ ਜਿਸ ਦਾ ਕੁਰਬਾਨੀਆਂ ਦੇ ਨਾਲੇ ਬਣੀ ਬਣੀ ਹੈ ਤੇ ਇਹ ਉਸੇ ਸੰਜੀਤਗੀ ਦੇ ਨਾਲ ਇਹਨੇ ਕੰਮ ਵੀ ਕੀਤਾ ਕਿਉਂਕਿ ਜਦੋਂ ਸ਼ਰਮਣੀ ਕਮੇਟੀ ਬਣੀ ਹੈ ਉਸ ਤੋਂ ਬਾਅਦ ਕਿਉਂਕਿ ਮਰਿਆਦਾ ਜਿਹੜੀ ਹੈ ਹਰ ਜਗ੍ਹਾ ਵੱਖਰੀ ਵੱਖਰੀ ਫਾਲੋ ਕੀਤੀ ਜਾਂਦੀ ਸੀ ਤੇ ਸਭ ਤੋਂ ਵੱਡੀ ਗੱਲ ਜਿਹੜੀ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਮੁੱਢਲੇ ਸਾਲਾ ਵਿੱਚ ਕੀਤੀ ਉਹ ਇੱਕ ਸਰਵ ਪ੍ਰਮਾਣਿਤ ਸਿੱਖ ਰਹਿਤ ਮਰਿਆਦਾ ਤਿਆਰ ਕਰਨੀ ਜਿਸ ਦਾ ਆਧਾਰ ਪੁਰਾਤਨ ਰਹਿਤਨਾਮੇ ਔਰ ਉਹ ਗੁਰਬਾਣੀ ਦੀ ਕਸਵੱਟੀ ਉੱਪਰ ਗੁਰਮਤਿ ਦੀ ਕਸਵੱਟੀ ਉੱਪਰ ਉਹਨਾਂ ਨੂੰ ਵੇਖ ਕੇ ਤੇ ਉਹ ਇੱਕ ਖਰੜਾ ਤਿਆਰ ਕੀਤਾ ਗਿਆ ਕੌਮ ਨੇ ਪ੍ਰਵਾਨ ਕੀਤਾ ਤੇ ਫਿਰ ਉਹਨੂੰ ਅਕਾਲ ਤਖਤ ਸਾਹਿਬ ਤੋਂ ਲਾਗੂ ਕੀਤਾ ਗਿਆ ਇਹ ਜਿਹੜੀ ਪ੍ਰਵਾਨਿਤ ਅਕਾਲ ਤਖਤ ਸਾਹਿਬ ਤੋਂ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਹੈ ਇਹ ਇੱਕ ਵੱਡੀ ਵਜਾ ਬਣੀ ਕਿ ਸਿੱਖ ਕੌਮ ਨੂੰ ਇੱਕ ਲੜੇ ਵਿੱਚ ਇਹਦੇ ਵਿੱਚ ਜਿਹੜੀਆਂ ਗੁਰੂ ਪਾਤਸ਼ਾਹ ਵੱਲੋਂ ਦਰਸਾਈਆਂ ਕਦਰਾਂ ਕੀਮਤਾਂ ਸੀ ਉਹਨਾਂ ਦੀ ਦ੍ਰਿੜਤਾ ਸੀ ਔਰ ਉਹਦੇ ਨਾਲ ਕੌਮ ਦੀ ਚੜ੍ਹਦੀ ਕਲਾ ਹੋਈ ਅ ਇਸ ਤੋਂ ਇਲਾਵਾ ਜਦੋਂ ਉਸ ਵਕਤ ਪਤਾ ਅੰਗਰੇਜ਼ਾਂ ਦਾ ਰਾਜ ਸੀ ਅਬ ਹਿੰਦੁਸਤਾਨ ਦੀ ਆਜ਼ਾਦੀ ਦਾ ਸੰਗਰਸ਼ ਵੀ ਚੱਲ ਰਿਹਾ ਸੀ ਸ਼੍ਰੋਣੀ ਕਮੇਟੀ ਨੇ ਸਿੱਖਾਂ ਦੇ ਉਸ ਵੇਲੇ ਕੀ ਪੋਜੀਸ਼ਨ ਹੋਵੇ ਕੀ ਕਰਨਾ ਚਾਹੀਦਾ ਇਸ ਸਮੇਂ ਸਮੇਂ ਤੇ ਉਹ ਹਾਊਸ ਵਿੱਚ ਵਿਚਾਰਾ ਹੁੰਦੀਆਂ ਰਹੀਆਂ ਹਨ ਯਾਨੀ ਕਿ ਸਿੱਖਾਂ ਦੇ ਹੱਕ ਵਿੱਚ ਬਿਹਤਰ ਕੀ ਹੈ ਇਹ ਕੌਮ ਦੇ ਨੁਮਾਇੰਦਿਆਂ ਨੇ ਉੱਥੇ ਬੈਠ ਕੇ ਵਿਚਾਰਿਆ ਔਰ ਫੈਸਲੇ ਕੀਤੇ ਔਰ ਉਸ ਤੋਂ ਬਾਅਦ ਜਦੋਂ ਇਹ ਸੰਗਰਸ਼ਤਾ ਸਮਾ ਖਤਮ ਹੋਇਆ ਉਸ ਤੋਂ ਬਾਅਦ ਸ਼ਰਮਨੀ ਕਮੇਟੀ ਨੇ ਸੰਸਥਾਵਾ ਐਜੂਕੇਸ਼ਨਲ ਖੋਲੀਆਂ ਵਿਦਿਅਕ ਸੰਸਥਾਵਾਂ ਖੋਲੀਆਂ ਆ ਪ੍ਰੋਫੈਸ਼ਨਲ ਸੰਸਥਾਵਾਂ ਖੋਲੀਆਂ ਆਪਣਾ ਜਿਹੜਾ ਕਾਰਜ ਖੇਤਰ ਸੀ ਉਹ ਪ੍ਰਚਾਰ ਦਾ ਉਹਨੂੰ ਵਿਸ਼ਾਲ ਕੀਤਾ ਔਰ ਇੱਕ ਹੋਰ ਜਿਹੜਾ ਸ਼ੁਰੂ ਦੇ ਸਮਿਆਂ ਦੇ ਵਿੱਚ ਬੜਾ ਅਹਿਮ ਕਾਰਜ ਕੀਤਾ ਸੀ ਉਸ ਹੀ ਸ਼ਹੀਦ ਸੇਖ ਕ੍ਰਿਸ਼ਨਰੀ ਕਾਲਜ ਦੀ ਸਥਾਪਨਾ ਜੋ ਕਿ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਦੇ ਵਿੱਚ ਸਥਾਪਿਤ ਹੋਇਆ ਸੀ ਔਰ ਉਹਦੇ ਵਿੱਚੋਂ ਪੈਦਾ ਕੀਤੇ ਗਏ ਕੌਮ ਦੇ ਪ੍ਰਚਾਰਕ ਕੌਮ ਦੇ ਕੀਰਤਨੀਏ ਉਹਨਾਂ ਨੇ ਬੜਾ ਸੰਗਤ ਨੂੰ ਗੁਰੂ ਦੇ ਨਾਲ ਜੋੜਿਆ ਔਰ ਬੜਾ ਉਹਨਾਂ ਨੇ ਨਾਮਨਾ ਖੱਟਿਆ ਸੋ ਬਹੁਤ ਇੱਕ ਲੰਮਾ ਸਫਰ ਜਿਹਦੇ ਵਿੱਚ ਸ਼੍ਰੋਮਣੀ ਕਮੇਟੀ ਦੀਆਂ ਬਹੁਤ ਪ੍ਰਾਪਤੀਆਂ ਨੇ ਜੀ ਭੈਣ ਜੀ ਤੁਸੀਂ ਸਭ ਤੋਂ ਵੱਡੀ ਪ੍ਰਾਪਤੀ ਬਿਨਾਂ ਸ਼ੱਕ ਸਿੱਖ ਰਹਿਤ ਮਰਿਆਦਾ ਜਿਹੜੀ ਕਿ ਪੰਥ ਨੂੰ ਇੱਕ ਮਾਲਾ ਵਿੱਚ ਭਰੋ ਸਕਦੀ ਹੈ ਪਰ ਆਮ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਦੇ ਉੱਤੇ ਇਹ ਬਹੁਤ ਵੱਡੀ ਜ਼ਿੰਮੇਵਾਰੀ ਸੀ ਇਸ ਨੂੰ ਲਾਗੂ ਕਰਨਾ ਪੂਰੇ ਪੰਥ ਤੇ ਲਾਗੂ ਕਰਾਣਾ ਪਰ ਆਮ ਦੋਸ਼ ਲੱਗਦਾ ਵੀ ਇਸ ਮਰਿਆਦਾ ਨੂੰ ਨਾ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁਰੂ ਘਰਾਂ ਵਿੱਚ ਲਾਗੂ ਕੀਤਾ ਜਾਂਦਾ ਤੇ ਨਾ ਹੀ ਇਹਦਾ ਬਹੁਤਾ ਪ੍ਰਚਾਰ ਕੀਤਾ ਜਾਂਦਾ ਸਗੋਂ ਜਿਹੜੇ ਮੇਨ ਪ੍ਰਬੰਧਕ ਨੇ ਈਵਨ ਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਉਹਨਾਂ ਸਥਾਨਾਂ ਤੇ ਜਾ ਕੇ ਪ੍ਰਮੋਡ ਹੁੰਦੇ ਆ ਜਾ ਕੇ ਉਹਨਾਂ ਸਥਾਨਾਂ ਡੇਰਿਆਂ ਨੂੰ ਜਿੱਥੇ ਇਹਨੂੰ ਚੁਣੌਤੀ ਦਿੱਤੀ ਜਾਂਦੀ ਹੈ ਸ਼ਰੋ ਪੰਥ ਪ੍ਰਵਾਨਿਤ ਮਰਿਆਦਾ ਇਸ ਨੂੰ ਖਰੜਾ ਦੱਸਿਆ ਜਾਂਦਾ ਹੈ ਉੱਥੇ ਜਾਂਦੇ ਆ ਜਦ ਕਿ ਉੱਥੇ ਜਾ ਕੇ ਗੱਲ ਵੀ ਨਹੀਂ ਕਰਦੇ ਇਸ ਬਾਰੇ ਤੁਸੀਂ ਕੀ ਕਹੋਗੇ ਦੇਖੋ ਵਿਰੋਧੀ ਜ਼ਰੂਰ ਇਸ ਨੂੰ ਖਰੜਾ ਕਹਿੰਦੇ ਪਰ ਇਹ ਖਰੜਾ ਨਹੀਂ ਹੈ ਇਹ ਪੰਥ ਪ੍ਰਵਾਨਿਤ ਮਰਿਆਦਾ ਹੈ ਇਹਦੇ ਬਾਰੇ ਜਦੋਂ ਕੌਮ ਦੇ ਵਿੱਚ ਕੋਈ ਦੁਚਿੱਤੀ ਪੈਦਾ ਕਰਨੀ ਹੁੰਦੀ ਹੈ ਤਾਂ ਇਹੋ ਜੇ ਮਸਲੇ ਖੜੇ ਕਰ ਦਿੱਤੇ ਜਾਂਦੇ ਦਸ਼ਮਗ੍ਰੰਥ ਦਾ ਮਸਲਾ ਵੀ ਇਸੇ ਤਰੀਕੇ ਗੋਮ ਦੇ ਵਿੱਚ ਦੁਚਿੱਤੀ ਪੈਦਾ ਕਰਨ ਵਾਸਤੇ ਖੜਾ ਕੀਤਾ ਗਿਆ ਸੋ ਇਹ ਇਹ ਕੁਝ ਹੁੰਦਾ ਰਹਿੰਦਾ ਹੈ ਜੀ ਇਹਦੇ ਵਿੱਚ ਸ਼੍ਰੋਮਣੀ ਕਮੇਟੀ ਦਾ ਕਾਰਜਸ਼ੈਲੀ ਇਹ ਹੈਗੀ ਹੈ ਕਿ ਉਹ ਦ੍ਰਿੜ ਰਹੀ ਹੈ ਬਾਕੀ ਜਿਹੜੇ ਤੁਸੀਂ ਗੁਰਦਵਾਰਾ ਦੀ ਗੱਲ ਕਰਦੇ ਹੋ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਗੁਰਦੁਆਰੇ ਉਹਨਾਂ ਸਾਰਿਆਂ ਵਿੱਚ ਮਰਿਆਦਾ ਲਾਗੂ ਹੁੰਦੀ ਹੈ ਜਿੱਥੇ ਜਿੱਥੇ ਸਥਾਨਿਕ ਮਰਿਆਦਾ ਕੋਈ ਵੱਖਰੀ ਸੀ ਉਹ ਜਬਰਦਸਤੀ ਕਿਸੇ ਕੋਈ ਵੀ ਮਰਿਆਦਾ ਲਾਗੂ ਕਰਨੀ ਜਿਹੜੀ ਹੈ ਉਹ ਆਮ ਸਿੱਖਾਂ ਦੇ ਜਿਹੜੀ ਸ਼ਰਧਾ ਭਾਵਨਾ ਹੈ ਉਹਨੂੰ ਵੀ ਠੇਸ ਪਹੁੰਚਾਉਂਦੀ ਹੈ ਕਿਉਂਕਿ ਜਦੋਂ ਧਰਮ ਦਾ ਕਾਰਜ ਹੈ ਇਹ ਪ੍ਰੇਮ ਪਿਆਰ ਦੇ ਨਾਲ ਸਮਝਾਉਣ ਦੇ ਨਾਲ ਗੁਰਮਤਿ ਦੀ ਰੌਸ਼ਨੀ ਵਿੱਚ ਹੋਣਾ ਚਾਹੀਦਾ ਸੋ ਕਈ ਸਥਾਨ ਹਨ ਹੁਣ ਜਿਸ ਤਾ ਪੰਜਾਬ ਤੋਂ ਬਾਹਰਲੇ ਜਿਹੜੇ ਤਖਤ ਹਨ ਉਹ ਇਸ ਮਰਿਆਦਾ ਨੂੰ ਨਹੀਂ ਮੰਨਦੇ ਹੈਗੇ ਉਹਨਾਂ ਨੇ ਆਪਣੀ ਵੱਖਰੀ ਮਰਿਆਦਾ ਹੈ ਉਹਨਾਂ ਦੀ ਭਾਵੇਂ ਉਹਨਾਂ ਨੂੰ ਅ ਸ਼ਰਮਨੀ ਅਕਾਲ ਤਖਤ ਸਾਹਿਬ ਤੇ ਅਗਰ ਕੋਈ ਫੈਸਲੇ ਹੁੰਦੇ ਉਹਨਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ ਪਰ ਉਹ ਆਪਣੀ ਮਰਿਆਦਾ ਬਦਲਣ ਅ ਵਿੱਚ ਸਹਿਮਤ ਨਹੀਂ ਹਨ ਬਸ ਇਹ ਦਨ ਕਿ ਜਿਹੜੀ ਅਸੀਂ ਪੁਰਾਣੀ ਮਰਿਆਦਾ ਸਾਡੀ ਚੱਲ ਰਹੀ ਹੈ ਜਿਹਦੇ ਵਿੱਚ ਸਾਨੂੰ ਲੱਗਦਾ ਹੈ ਕਿ ਵੀ ਕੁਝ ਇਹੋ ਜਿਹੀਆਂ ਗੱਲਾਂ ਹਨ ਜੋ ਗੁਰਮਤ ਅਨੁਕੂਲ ਨਹੀਂ ਹਨ ਪਰ ਇਹਦੇ ਵਾਸਤੇ ਕੋਈ ਝਗੜਾ ਪਾੜਨਾ ਵੀ ਬਹੁਤੀ ਸਿਆਣਪ ਦੀ ਗੱਲ ਨਹੀਂ ਹੈ ਪਰ ਤੁਸੀਂ ਮੰਨਦੇ ਵੀ ਜਿਹੜੇ ਅਕਾਲ ਤਖਤ ਸਾਹਿਬ ਦੇ ਸਾਡੇ ਜਥੇਦਾਰ ਸਾਹਿਬ ਹੋਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੋਣ ਉਹਨਾਂ ਨੂੰ ਐਸੇ ਸਥਾਨ ਜਿਹੜੇ ਪੰਜਾਬ ਦੇ ਵਿੱਚ ਹੈ ਬਾਹਰ ਤੋਂ ਛੱਡੀਏ ਪੰਜਾਬ ਦੇ ਵਿੱਚ ਐਸੇ ਸਥਾਨ ਨੇ ਉਹਨਾਂ ਦੇ ਜਾਣ ਤੋਂ ਗਰੇਜ਼ ਕਰਨਾ ਚਾਹੀਦਾ ਜਾਂ ਫਿਰ ਉਹਨਾਂ ਨੂੰ ਪਹਿਲੇ ਦੱਸਣਾ ਚਾਹੀਦਾ ਵੀ ਤੁਸੀਂ ਜੀ ਇਹ ਮਰਿਆਦਾ ਲਾਗੂ ਕਰੋ ਅ ਦੇਖੋ ਜੈਸੀ ਇਤਿਹਾਸ ਵਾਲ ਦੇਖੀਏ ਤਾਂ ਗੁਰੂ ਸਾਹਿਬਾਂ ਤੋਂ ਗੁਰੂ ਨਾਨਕ ਬਾਦਸ਼ਾਹ ਤੋਂ ਹੀ ਸ਼ੁਰੂ ਕਰ ਲਈ ਹੈ ਉਹ ਕਿੱਥੇ ਨਹੀਂ ਗਏ ਕਾਡੇ ਰਾਖਸ਼ਸ ਦੀ ਕਹਾਣੀ ਆਂਦੀ ਹੈ ਸਰਜਨ ਠੱਗ ਦੀ ਕਹਾਣੀ ਆਂਦੀ ਹੈ ਉਹ ਹਰ ਇਹੋ ਜਿਹੇ ਗਲਤ ਮਨੁੱਖ ਦੇ ਕੋਲ ਜਾ ਕੇ ਵੀ ਉਹਦਾ ਉਧਾਰ ਕੀਤਾ ਉਹਨੂੰ ਸਹੀ ਰਾਹੇ ਪਾਇਆ ਸੋ ਕਿਤੇ ਜਾਣਾ ਗਲਤ ਨਹੀਂ ਪਰ ਉਥੇ ਜਾ ਕੇ ਆਪਣਾ ਮੈਸੇਜ ਦੇਣਾ ਜ਼ਰੂਰੀ ਹੈ ਤੇ ਜੇ ਆਪਣਾ ਮੈਸੇਜ ਨਹੀਂ ਦੇ ਸਕਦੇ ਤੇ ਫਿਰ ਉਹਨਾਂ ਦਾ ਉਥੇ ਜਾਣਾ ਵਾਜਬ ਨਹੀਂ ਕਿ ਹੈ ਕਿ ਇੱਕ ਵੱਡੀ ਪ੍ਰਾਪਤੀ ਹੋਰ ਜਿੱਥੇ ਮੰਨੀ ਜਾ ਸਕਦੀ ਹੈ ਪ੍ਰਬੰਧਕ ਕਮੇਟੀ ਦੀ ਨਾਨਕ ਸ਼ਾਹੀ ਕੈਲੰਡਰ ਵੀ ਬਹੁਤ ਵੱਡੀ ਪ੍ਰਾਪਤੀ ਹੈ ਤੁਸੀਂ ਮੰਨਦੇ ਹੋ ਵੀ ਇਸ ਪ੍ਰਾਪਤੀ ਨੂੰ ਪੰਥ ਮਾਨ ਨਹੀਂ ਕਾ ਸਕਿਆ ਇਸ ਨੂੰ ਸੰਭਾਲ ਨਹੀਂ ਸਕਿਆ ਸੀ ਅ ਬਿਲਕੁਲ ਜੀ ਜਿਸ ਤਰੀਕੇ ਦੇ ਨਾਲ ਨਾਨਕ ਸ਼ਾਹੀ ਕੈਲੰਡਰ ਤਿਆਰ ਹੋਇਆ ਔਰ ਲਾਗੂ ਹੋਇਆ ਉਸ ਤੋਂ ਬਾਅਦ ਦੁਬਾਰਾ ਪੋਸਟ ਕੈਲੰਡਰ ਨੂੰ ਰੱਦ ਕਰਕੇ ਤੇ ਅੱਜ ਜਿਹੜਾ ਇੱਕ ਕੈਲੰਡਰ ਦਾ ਮੁਖੌਲ ਕੌਮ ਦੇ ਸਾਹਮਣੇ ਆ ਉਹ ਵਾਕਈ ਜੋ ਕੁਝ ਹੋਇਆ ਗਲਤ ਹੋਇਆ ਔਰ ਅਕਾਲ ਤਖਤ ਸਾਹਿਬ ਦਾ ਨਾਮ ਵਰਤ ਕੇ ਹੋਇਆ ਇਸ ਮੁੱਦੇ ਉੱਪਰ ਜ਼ਰੂਰ ਸੰਜੀਦਗੀ ਦੇ ਨਾਲ ਦੁਬਾਰਾ ਵਿਚਾਰ ਹੋਣੀ ਚਾਹੀਦੀ ਹੈ ਔਰ ਇਹ ਜੋ ਵੀ ਇੱਕ ਯੋਗ ਕਨਕਲੂਜਨ ਹੈ ਉੱਥੇ ਪਹੁੰਚਣਾ ਚਾਹੀਦਾ ਜੀ ਜਦੋਂ ਅਸੀਂ ਵੱਡੀਆਂ ਪ੍ਰਾਪਤੀਆਂ ਦੀ ਗੱਲ ਕਰਦੇ ਹਾਂ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੋ ਯੂਨੀਵਰਸਟੀਆਂ ਹਸਪੀਟਲ ਵੀ ਖੋਲੇ ਪਰ ਆਮ ਕਰਕੇ ਕਿਹਾ ਜਾਂਦਾ ਵੀ ਇਹਨਾਂ ਦਾ ਜਿਹੜਾ ਪ੍ਰਬੰਧ ਹੈ ਕੋਈ ਬਹੁਤਾ ਵਧੀਆ ਨਹੀਂ ਚੱਲਦਾ ਇਸ ਬੰਦ ਤੁਸੀਂ ਕੀ ਕਹੋਗੇ ਇਹ ਤਾਂ ਪ੍ਰਬੰਧਕ ਤੇ ਮੁਨਸਰ ਹੁੰਦਾ ਜੇ ਪ੍ਰਬੰਧਕ ਚੰਗਾ ਆ ਜਵੇ ਤੇ ਪ੍ਰਬੰਧ ਚੰਗਾ ਹੋ ਜਾਂਦਾ ਜੇ ਪ੍ਰਬੰਧਕ ਢਿੱਲਾ ਹੋਵੇ ਤੇ ਉਹਦੇ ਥਨੇ ਪ੍ਰਬੰਧ ਢਿੱਲਾ ਹੋ ਜਾਂਦਾ ਇਹ ਤਾਂ ਸਕੂਲ ਦਾ ਵੀ ਤੁਸੀਂ ਦੇਖ ਲਓ ਕੋਈ ਸਕੂਲ ਤਾਂ ਜਦੋਂ ਪ੍ਰਿੰਸੀਪਲ ਵਧੀਆ ਆ ਜਾਵੇ ਤੇ ਉਹੀ ਸਕੂਲ ਵਧੀਆ ਜਾਂਦਾ ਉਹ ਪ੍ਰਿੰਸੀਪਲ ਦੀ ਬਦਲੀ ਹੋ ਜਾਏ ਨਵਾਂ ਆ ਜਾਏ ਢਿੱਲੜ ਆ ਜਾਏ ਉਹੀ ਸਕੂਲ ਜਿਹੜਾ ਉਹ ਨਿਮਾਨਵਲ ਚਲਾ ਜਾਂਦਾ ਇਹ ਤਾਂ ਜਿਹੜਾ ਮੁਖ ਪ੍ਰਬੰਧਕ ਹੈ ਉਹਦੇ ਤੇ ਮੁਨਸਰ ਹੈ ਕਿ ਉਹਦਾ ਕੀ ਕੈਲੀਬਰ ਹੈ ਔਰ ਉਹ ਆਪਣੀ ਸੰਸਥਾ ਨੂੰ ਕਿੱਥੇ ਲੈ ਕੇ ਜਾਂਦਾ ਹਾਂਜੀ ਜਿਹੜੀ ਪ੍ਰਬੰਧਕ ਦੀ ਗੱਲ ਕੀਤੀ ਤੁਸੀਂ ਦੱਸ ਸਕਦੇ ਇਹ ਪ੍ਰਬੰਧਕ ਢਾਂਚਾ ਕਦੋਂ ਤੋਂ ਜਿਹੜਾ ਹੈ ਨਿਮਾਨਵਲ ਜਾਣਾ ਸ਼ੁਰੂ ਹੋਇਆ ਮੈਨੂੰ ਲੱਗਦਾ ਹੈ ਜਿਆਦਾ ਅਸੀਂ ਮੈਰਿਟ ਛੱਡ ਕੇ ਤੇ ਭਾਈ ਭਤੀਜਾਵਾਦ ਵਿੱਚ ਪੈ ਗਏ ਸਫਾਰਸ਼ੀ ਕਲਚਰ ਵਿੱਚ ਪੈ ਗਏ ਵਿਸ਼ੇਸ਼ ਕਰ ਉਹਨਾਂ ਸਥਾਨਾਂ ਤੇ ਜਿੱਥੇ ਸਾਨੂੰ ਇਹ ਸਫਾਰਿਸ਼ ਨਹੀਂ ਕਰਨੀ ਚਾਹੀਦੀ ਦੇ ਮਿਸਾਲ ਦੇ ਤੌਰ ਤੇ ਵਿਦਿਅਕ ادارے ਜਾਂ ਜਿਹੜੇ ਸਾਡੇ ਪ੍ਰੋਫੈਸ਼ਨਲ ادارے ਹਨ ਇਹਨਾਂ ਦੇ ਵਿੱਚ ਬਿਹਤਰੀਨ ਸੇਵਾਵਾਂ ਤਾਂ ਹੀ ਹੋ ਸਕਦੀਆਂ ਜੇ ਉੱਤੇ ਬਿਹਤਰੀਨ ਪੜ੍ਹਾਉਣ ਵਾਲੇ ਹੋਣਗੇ ਜਿਹੜੇ ਉਹਨਾਂ ਦੀ ਸ਼ਨਾਖਤ ਜਿਹੜੀ ਹੈ ਉਹਨਾਂ ਦੀ ਐਜੂਕੇਸ਼ਨ ਤੋਂ ਉਹਨਾਂ ਦੀ ਡਿਗਰੀ ਤੋਂ ਹੋਵੇ ਨਾ ਕਿ ਉਹ ਕਿਦੇ ਰਿਸ਼ਤੇਦਾਰ ਹਨ ਜੇ ਇੱਕ ਨਾ ਟਿੱਪਣੀ ਆਈ ਹੈ ਉਹ ਕਹਿੰਦੇ ਆ ਵੀ ਆਰਐਸਐਸ ਵੀ 1920 ਦੇ ਨੇੜੇ ਤੇੜੇ ਬਣੀ ਸੀ ਆਰਐਸਐਸ ਸੰਸਥਾ ਉਹਨੂੰ ਵੀ 100 ਸਾਲ ਹੋ ਗਏ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਰਐਸਐਸ ਵੱਲੋਂ ਪੂਰਾ ਦੇਸ਼ ਸੰਭਾਲਿਆ ਗਿਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਹਾਰਾ ਦੇ ਸਰੂਪ ਨਹੀਂ ਸੰਭਾਲ ਸਕੀ ਬਹੁਤ ਅਫਸੋਸਨਕ ਹੈ ਕਿ ਕੌਮਾ ਜੇ ਸਮਝ ਰਹੀ ਹੈ ਕਿ ਗੁਰਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਨੂੰ ਸ਼ਰਮਨੀ ਕਮੇਟੀ ਨਹੀਂ ਸੰਭਾਲ ਸਕੀ ਹੁਣ ਭਾਵੇਂ ਸ਼ਰਮਨੀ ਕਮੇਟੀ ਦੇ ਰਿਕਾਰਡ ਦੇ ਵਿੱਚ ਸਰੂਪਾਂ ਦੀ ਗਿਣਤੀ ਜ਼ਰੂਰ ਘਟ ਰਹੀ ਹੈ ਪਰ ਇਸ ਜਿਹੜੀ ਇੱਕ ਇਹ ਥਿਉਰੀ ਪ੍ਰਚਲਿਤ ਕੀਤੀ ਜਾ ਰਹੀ ਹੈ ਕਿ ਇਹਨਾਂ ਦੀ ਬੇਅਦਬੀ ਹੋਈ ਹੈ ਇਹ ਗਲਤ ਹੈ ਜੀ ਜਿੱਥੇ ਵੀ ਗੁਰਗ੍ਰੰਥ ਸਾਹਿਬ ਦੀਆਂ ਬੀੜਾ ਗਈਆਂ ਉਥੇ ਪੜਨ ਵਾਲਿਆਂ ਦੇ ਗਈਆਂ ਜਿਨ੍ਹਾਂ ਨੇ ਬਾਣੀ ਪੜ੍ਹਨੀ ਹੈ ਉਹਨਾਂ ਦੇ ਕੋਲ ਗਈਆਂ ਇਹਦੇ ਵਿੱਚ ਅ ਦਫਤਰੀ ਹੀਰਾ ਫੇਰੀ ਮਾਇਕ ਹੀਰਾ ਫੇਰੀ ਇੱਕ ਗਵਨਤਾ ਹੈ ਗੈਰ ਜ਼ਿੰਮੇਵਾਰੀ ਹੈ ਪਰ ਜੇ ਤੁਸੀਂ ਕਹੋ ਕਿ ਬੇਅਦਬੀ ਹੋਈ ਹੈ ਉਹ ਗੱਲ ਨਹੀਂ ਹੋਈ ਜੀ ਤੇ ਤੁਹਾਨੂੰ ਲੱਗਦਾ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਪ੍ਰਬੰਧਕੀ ਟਾਂਚਾ ਉਹ ਇਸ ਦੇ ਪ੍ਰਤੀ ਬਹੁਤਾ ਸੰਜੀਦਾ ਨਹੀਂ ਹੈ ਕਦੇ ਕਹਿ ਦਿੰਦੇ ਆ ਵੀ ਜੀ ਬੇਅਦਵੀ ਹੋਈ ਹੈ ਕਈ ਕਹਿੰਦੇ ਆ ਨਹੀਂ ਜੀ ਇਹ ਸਿਰਫ ਰਿਕਾਰਡ ਦੀ ਹਰਾਫੇੜ ਹੈ ਜਿਵੇਂ ਆਪ ਜੀ ਦੱਸ ਰਹੇ ਹੋ ਵੀ ਇੱਕ ਸਹੀ ਪੱਖ ਗੁਰਸਿੱਖਾਂ ਦੇ ਕੋਲ ਨਹੀਂ ਪਹੁੰਚਾ ਸਕੀ ਅ ਇਹ ਹੀ ਮੁਸ਼ਕਲ ਆਈ ਹੈ ਕਿਉਂਕਿ ਜਦੋਂ ਇਹ ਗੱਲ ਸਾਹਮਣੇ ਆਈ ਹੈ ਕਿ ਪਹਿਲਾਂ ਤਾਂ 267 ਮੀੜਾ ਦੀ ਗੱਲ ਸਾਹਮਣੇ ਆਈ ਹੈ ਕਿ ਵੀ ਇਹ ਰਿਕਾਰਡ ਦੇ ਵਿੱਚ ਨਹੀਂ ਹਨ ਉਸ ਵਕਤ ਪ੍ਰਧਾਨ ਸ਼੍ਰੋਮਣੀ ਕਮੇਟੀ ਨੂੰ ਇਹਦੀ ਇਨਕੁਆਇਰੀ ਮਾਰਕ ਕਰਕੇ ਤੇ ਪਹਿਲੇ ਆਪ ਪੜਤਾਲ ਕਰਨੀ ਚਾਹੀਦੀ ਸੀ ਜੇ ਪ੍ਰਧਾਨ ਹੀ ਕਹਿਣਾ ਸ਼ੁਰੂ ਹੋ ਜਾਏਗਾ ਜੀ ਇਹ ਬੀੜਾ ਜਿਹੜੀਆਂ ਹੈ ਗਿਆਨ ਉਹ ਗੁਮ ਹੋ ਗਈਆਂ ਗਵਾਚ ਗਈਆਂ ਤੇ ਫਿਰ ਆਮ ਸਿੱਖ ਨੇ ਤਾਂ ਫਿਰ ਸਮਝਣਾ ਹੀ ਹੈ ਨਾ ਕਿ ਵੀ ਇਹ ਗੜਬੜੀ ਹੈ ਕੋਈ ਜ਼ਰੂਰ ਕੁਝ ਬੇਅਦਬੀ ਦੀ ਗੱਲ ਹੈ ਜਿਹਦੇ ਤੇ ਪਰਦਾ ਪਾਉਂਦੇ ਪਏ ਇਦੀ ਸ਼ੁਰੂਆਤ ਹੀ ਅਗਰ ਸੰਜੀਦਗੀ ਦੇ ਨਾਲ ਕੀਤੀ ਜਾਂਦੀ ਅਗਰ ਸਹੀ ਪਰਿਪੇਖ ਦੇ ਵਿੱਚ ਸਾਰੀ ਗੱਲ ਸਾਹਮਣੇ ਲਿਆਦੀ ਜਾਂਦੀ ਤੇ ਇਹ ਮਸਲਾ ਨਾ ਬੰਦਾ ਜੋ ਹੁਣ ਬਣ ਗਿਆ ਜੀ ਇੱਕ ਆਮ ਕਰਕੇ ਜਥੇਦਾਰਾਂ ਦੀ ਜਿਹੜੀ ਗੜਸ ਦੀ ਗੱਲ ਕਹੀ ਜਾਂਦੀ ਹੈ ਵੀ ਬੜੇ ਚੜ੍ਹਦੀ ਕਲਾ ਵਾਲੇ ਤੁਸੀਂ ਕੀ ਕਹੋਗੇ ਗਿਆਨੀ ਗੁਰਬਚਨ ਸਿੰਘ ਦਾ ਕਾਰਜਕਾਲ ਤੇ ਮੌਜੂਦਾ ਭਾਈ ਹਰਪ੍ਰੀਤ ਸਿੰਘ ਜੀ ਦੇ ਜਿਹੜੇ ਬਿਆਨ ਨੇ ਉਹ ਬਹੁਤ ਤਿੱਖੇ ਹੋਇਆ ਕਰਦੇ ਆ ਗਰਮ ਬਿਆਨ ਦਿੰਦੇ ਆ ਤੁਸੀਂ ਮੰਨਦੇ ਹੋ ਕੋਈ ਫਰਕ ਹੈ ਜਾ ਸਿਰ ਪਿੱਛੋ ਹੀ ਆਂਦੇ ਆ ਪੜੇ ਜਾਂਦੇ ਆ ਨਹੀਂ 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 ਇਹ ਗੱਲ ਨਹੀਂ ਹੈ ਜਿਨ੍ਹਾਂ ਚਰ ਸਿਗਿਆਨੀ ਹਰਪ੍ਰੀਤ ਸਿੰਘ ਜੀ ਦਾ ਦੇਖ ਰਹੇ ਆ ਇਹਨਾਂ ਨੇ ਕੋਈ ਸਿਆਸੀ ਪ੍ਰਭਾਵ ਕਬੂਲਿਆ ਨਹੀਂ ਜੀ ਇਹਦਾ ਤੁਸੀਂ ਉਥੋਂ ਹੀ ਦੇਖ ਲਓ ਨਾ ਕਿ ਜਦੋਂ ਬਰਗਾੜੀ ਕਾਰਨ ਦਾ ਜਿਹੜਾ ਮਸਲਾ ਹੋਇਆ ਔਰ ਉਹਦੇ ਵਿੱਚ ਜਸਟਾ ਅਕਾਲ ਤਖਤ ਸਾਹਿਬ ਤੋਂ ਉਹਨੂੰ ਸੌਦੇ ਸਾਦ ਨੂੰ ਮਾਫੀ ਦਿੱਤੀ ਗਈ ਸਾਰਾ ਘਟਨਾਕਰਮ ਹੋਇਆ ਅਕਾਲੀ ਦਲ ਸਾਰੇ ਨੇ ਆ ਕੇ ਇੱਥੇ ਅਕਾਲ ਤਖਤ ਸਾਹਿਬ ਹਾਜ਼ਰ ਹੋ ਕੇ ਤੇ ਉਹ ਆਪਣਾ ਜੋ ਗਲਤੀ ਸੀ ਉਹ ਬਖਸ਼ਵਾਨਣ ਵਾਸਤੇ ਕੋਸ਼ਿਸ਼ ਕਰਨੀ ਸੀ ਪਰ ਜਥੇਦਾਰ ਜੀ ਨੇ ਉਸ ਵਕਤ ਤੁਸੀਂ ਨੋਟਿਸ ਕੀਤਾ ਹੋਣਾ ਕਿ ਉਹਨਾਂ ਨੇ ਕੋਈ ਇਹੋ ਜਿਹਾ ਉਹਨਾਂ ਦਾ ਲਿਹਾਜ਼ ਨਹੀਂ ਕੀਤਾ ਔਰ ਜਿਹੜਾ ਪ੍ਰੋਗਰਾਮ ਸੀ ਉਹ ਆਪਣੇ ਆਪ ਅਕਾਲੀ ਦਲ ਬਾਬਾ ਗੁਰਬਖਸ਼ ਸਿੰਘ ਦੇ ਗੁਰਦੁਆਰੇ ਜਾ ਕੇ ਤੇ ਉਹਨਾਂ ਨੇ ਉੱਥੇ ਜਾ ਕੇ ਆਪ ਹੀ ਅਰਦਾਸ ਕੀਤੀ ਆਪ ਹੀ ਉਹਨਾਂ ਨੇ ਸਾਰੀ ਸੇਵਾ ਕੀਤੀ ਪਰ ਜਥੇਦਾਰ ਸਾਹਿਬ ਨੇ ਇਹਨਾਂ ਨੂੰ ਕੋਈ ਐਹੋ ਜੀ ਰਿਆਇਤ ਨਹੀਂ ਦਿੱਤੀ ਜੋ ਕਿ ਪੰਥਕ ਮਰਿਆਦਾ ਦੇ ਅਨੁਕੂਲ ਨਾ ਹੋਵੇ ਤਾਂ ਉਸ ਤੋਂ ਬਾਅਦ ਵੀ ਜਿੰਨੀ ਹੁਣ ਤੱਕ ਇਹਨਾਂ ਦੀ ਕਾਰਜ ਚੱਲੀ ਹੈ ਇਹਨਾਂ ਦੇ ਉੱਪਰ ਕਿਤੇ ਉਹ ਸਿਆਸੀ ਪ੍ਰਭਾਵ ਦਿਸ ਨਹੀਂ ਰਹੇ ਇਕ ਕੌਮ ਨੂੰ ਸਮਰਪਿਤ ਹੋ ਕੇ ਚੱਲ ਰਹੇ ਨੇ ਤੇ ਹਾਲੇ ਤੱਕ ਤਾਂ ਜਿੰਨਾ ਇਹਨਾਂ ਦਾ ਸੀ ਕਾਰਜਕਾਲ ਦੇਖਿਆ ਉਹ ਵਧੀਆ ਹੀ ਦੇਖਿਆ ਜੀ ਤੁਸੀਂ ਕਹਿ ਰਹੇ ਹੋ ਵੀ ਬਹੁਤ ਵਧੀਆ ਕਾਰਜਕਾਲ ਹੈ ਪਰ ਤੁਹਾਨੂੰ ਮੰਨਦਾ ਨਹੀਂ ਵੀ ਤੁਸੀਂ ਇਸ ਗੱਲ ਨੂੰ ਮੰਨਦੇ ਹੋ ਵੀ ਜਿਹੜੇ 90 ਲੱਖ ਦੇ ਇਸ਼ਤਿਹਾਰ ਦਿੱਤੇ ਗਏ ਸੀ ਸੌਦੇਸਾਰ ਦੇ ਮਸਲੇ ਦੇ ਉੱਤੇ ਉਸ ਦੀ ਕਾਰਵਾਈ ਉਸ ਦੇ ਉੱਤੇ ਕੁਝ ਵੀ ਅੱਜ ਤੱਕ ਇਹਨਾਂ ਵੱਲੋਂ ਭਾਈ ਹਰਪ੍ਰੀਤ ਸਿੰਘ ਵੱਲੋਂ ਵੀ ਕੁਝ ਜਿਹੜੀ ਕਾਰਵਾਈ ਕਰਨੀ ਚਾਹੀਦੀ ਸੀ ਨਹੀਂ ਕੀਤੀ ਗਈ ਨਹੀਂ ਤੁਸੀਂ ਸਭ ਤੋਂ ਪਹਿਲਾਂ ਤਾਂ ਇਹ ਸਮਝੋ ਨਾ ਕਿ ਸ਼ਰਮਣੀ ਕਮੇਟੀ ਦਾ ਸਿਸਟਮ ਕੀ ਹੈ ਜੀ ਸ਼ਰਮਣੀ ਕਮੇਟੀ ਦੇ ਸਿਸਟਮ ਦੇ ਵਿੱਚ ਬਕਾਇਦਾ ਹਿਸਾਬ ਕਿਤਾਬ ਰੱਖਿਆ ਜਾਂਦਾ ਹੈ ਬਕਾਇਦਾ ਆਡਿਟ ਹੁੰਦੇ ਹੈਗੇ ਔਰ ਕਿੰਨੀ ਕੀ ਪਾਵਰ ਹੈ ਇੱਕ ਮੈਂ ਜਥੇਦਾਰ ਅਕਾਲ ਤਖਤ ਕੋਲ ਕੋਈ ਐਹੋ ਜੀ ਐਡਮਿਨਿਸਟ੍ਰੇਟਿਵ ਪਾਵਰ ਨਹੀਂ ਹੈ ਕਿ ਉਹ ਕਿਸੇ ਕੋਲ ਪੈਸੇ ਦਾ ਹਿਸਾਬ ਕਿਤਾਬ ਲੈ ਸਕਣ ਜਾਂ ਦੇ ਸਕਣ ਇਹ ਐਸੀ ਪਾਵਰ ਹੈਗੀ ਹੈ ਜੀ ਐਸੀ ਪਾਵਰ ਹੈ ਕਿਸੇ ਨੂੰ ਪੰਥ ਚੋਂ ਛੇਕ ਸਕਣ ਕਿਸੇ ਨੂੰ ਪੰਥ ਚੋਂ ਕੱਢ ਸਕਣ ਕਿਸੇ ਨੂੰ ਪੰਥ ਰਤਨ ਦੇ ਸਕਣ ਅਕਾਲ ਤਖਤ ਸਾਧ ਦਾ ਸਥਾਨ ਉਹ ਸਥਾਨ ਹੈ ਜਿੱਥੇ ਕੇ ਕੌਮੀ ਫੈਸਲੇ ਹੋਣੇ ਹਨ ਔਰ ਜਿੱਥੇ ਜੇ ਕਿਸੇ ਦੋ ਸੇ ਖਾਪਸ ਵਿੱਚ ਲੜ ਪਏ ਤੇ ਇਹ ਨਹੀਂ ਕਿ ਉੱਥੇ ਜਾ ਕੇ ਸਾਲਸੀ ਤੁਸੀਂ ਅਕਾਲ ਤਖਤ ਸਾਫ ਕਰਾਣੀ ਹੈ ਅਕਾਲ ਤਖਤ ਸਾਫ ਕੌਮ ਦਾ ਥਾਣਾ ਨਹੀਂ ਹੈਗਾ ਜਿਹੜਾ ਕ੍ਰਿਮੀਨਲ ਕੰਮ ਹੈ ਉਹ ਜਿਹੜਾ ਸਮਾਜ ਨੇ ਕ੍ਰਾਈਮ ਵਾਸਤੇ ਜਿਹੜੀਆਂ ਸੰਸਥਾਵਾਂ ਬਣਾਈਆਂ ਉਹਦੇ ਰਾਹੀ ਹੀ ਹੋਣਾ ਹੈ। ਬਾਕੀ ਜਿਹੜਾ ਕੌਮੀ ਕਾਰਜਨ ਜੇ ਕਿਸੇ ਨੂੰ ਚੇਕਣਾ ਹੈ ਕਿਸੇ ਨੂੰ ਸਨਮਾਨਿਤ ਕਰਨਾ ਹੈ ਇਹ ਜਿਹੜੇ ਕੌਮੀ ਕਾਰਜਨ ਇਹ ਜਿਹੜਿਆ ਨੈਕਾਲਤਕਤ ਸਭ ਦੇ ਸਥਾਨ ਤੇ ਹੀ ਹੋਣਗੇ ਕਿਉਂਕਿ ਇਹ ਸ਼੍ਰਮਣੀ ਕਮੇਟੀ ਨਹੀਂ ਕਰ ਸਕਦੀ। ਪਰ ਜਿਹੜੇ ਪਿਛਲੇ ਸਮੇਂ ਚ ਪੰਥਰ ਰਤਨ ਦਿੱਤੇ ਗਏ ਆ। ਹਰਜ ਤੁਸੀਂ ਉਹਨਾਂ ਦੇ ਨਾਲ ਸਹਿਮਤ ਹੋ? ਸਾਰਿਆਂ ਨਾਲ ਨਹੀਂ ਸਹਿਮਤ। ਜੀ। ਅੱਛਾ ਇੱਕ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਸੀ ਉਸ ਵੇਲੇ ਪ੍ਰੋਫੈਸਰ ਗੁਰਮਖ ਸਿੰਘ ਗਿਆਨੀ ਦਿੱਤ ਸਿੰਘ ਵਰਗੇ ਮਹਾਨ ਸਿੰਘਾਂ ਦੀ ਬੜੀ ਵੱਡੀ ਯੋਗਦਾਨ ਸੀ ਉਹਨਾਂ ਦਾ ਤੁਹਾਨੂੰ ਲੱਗਦਾ ਵੀ ਅੱਜ ਦੇ ਸਮੇਂ 'ਚ 100 ਸਾਲਾਂ ਦੇ ਦਿਵਸ ਦੇ ਉੱਤੇ ਉਹਨਾਂ ਦੀ ਕੋਈ ਯਾਦ ਬਣਾਣੀ ਜਾਂ ਉਹਨਾਂ ਨੂੰ ਯਾਦ ਕੀਤਾ ਜਾਣਾ ਚਾਹੀਦਾ ਸੀ 100 ਸਾਲ ਦੇ ਇਤਿਹਾਸ ਦੇ ਵਿੱਚ ਬਹੁਤ ਸਾਰੇ ਵਿਦਵਾਨ ਬਹੁਤ ਸਾਰੇ ਲੀਡਰ ਬਹੁਤ ਕੁਰਬਾਨੀਆਂ ਵਾਲੇ ਸੇਖ ਹਨ ਜਿਨ੍ਹਾਂ ਨੂੰ ਕਿਸੇ ਨੇ ਵੀ ਨਹੀਂ ਯਾਦ ਕੀਤਾ ਗਿਆ ਵਿਸ਼ੇਸ਼ ਦੋ ਨਾ ਕਿਉਂ ਬਹੁਤ ਜਣੇ ਜਿਨ੍ਹਾਂ ਨੂੰ ਨਾ ਲੈ ਕੇ ਵਿਸ਼ੇਸ਼ ਤੌਰ ਤੇ ਯਾਦ ਨਹੀਂ ਕੀਤਾ ਗਿਆ ਹਾਂਜੀ ਮਾਸਟਰ ਤਾਰਾ ਸਿੰਘ ਜੀ ਵੀ ਉਹਦੇ ਵਿੱਚ ਸ਼ਾਮਲ ਨੇ ਹੋਰ ਪੰਜ ਸ਼ਾਮਲ ਹਨ ਜੀ ਜੀ ਅਸੀਂ ਇੱਕ ਹੋਰ ਪੁੱਛਣਾ ਸੀਗਾ ਪਿਛਲੇ ਦਿਨੀ ਇਸ ਨੂੰ ਤੁਸੀਂ ਲਾਪਰਵਾਹੀ ਕਹੋਗੇ ਜਾਂ ਸਾਜ਼ਿਸ਼ ਜਿਵੇਂ ਕਿ ਗੁਰਬਾਣੀ ਦੇ ਜਿਹੜੇ ਅਰਥ ਜਾਂ ਗੁਰਬਾਣੀ ਦੇ ਕੀਰਤਨ ਕਰਨ ਨਾਲ ਸੰਬੰਧੀ ਇਹ ਕਿਹਾ ਜਾਂਦਾ ਵੀ ਜਦੋਂ ਤੁਸੀਂ ਸਥਾਈ ਬਣਾਣਾ ਜਾਂ ਟੇਕ ਮੇਕ ਮੇਨ ਰੱਖਣੀ ਹੈ ਉਹ ਰਹਾਉ ਵਾਲੇ ਬੰਦ ਨੂੰ ਭਾਈ ਗੁਰਦਾਸ ਦੀਆਂ 12 ਦੀ ਲਾਸਟ ਤੁਕ ਨੂੰ ਤੁਸੀਂ ਮੇਨ ਸਥਾਈ ਬਣਾਣਾ ਪਰ ਜਦੋਂ ਅਸੀਂ ਹੁਣ ਦੇਖਦੇ ਆਂ ਦੀਵਾਲੀ ਦੇ ਮੌਕੇ ਦੇ ਉੱਤੇ ਸ਼੍ਰੀ ਦਰਬਾਰ ਸਾਹਿਬ ਵਿੱਚ ਇੱਕ ਸ਼ਬਦ ਬਹੁਤ ਜ਼ਿਆਦਾ ਗਾਇਆ ਜਾਂਦਾ ਭਾਈ ਗੁਰਦਾਸ ਦੀ ਬਾਅਦ ਵਿੱਚੋਂ ਦੀਵਾਲੀ ਦੀ ਰਾਤ ਦੀਵੇ ਭਾਲੀਏ ਇਵਨ ਕਿ ਇਸ ਵਾਰ ਤਾਂ ਚੰਦੂਆ ਸਾਹਿਬ ਦੇ ਉੱਪਰ ਵੀ ਜਿਹੜੀ ਮੇਨ ਤੁਕ ਹੁੰਦੀ ਆ ਉਹ ਲਿਖੀ ਗਈ ਸੀ ਤੁਹਾਨੂੰ ਮੰਨਦੇ ਵੀ ਇਹ ਲਾਪਰਵਾਹੀ ਸੀ ਜਾਂ ਸਾਜ਼ਿਸ਼ ਸੀ ਅਗਿਆਨਤਾ ਕਹਾਂਗੀ ਤੇ ਫਿਰ ਇਹ ਜੇ ਆਪਾਂ ਕਈ ਵੀ ਸ੍ਰੀ ਦਰਬਾਰ ਸਾਹਿਬ ਤੋਂ ਅਗਿਆਨਤਾ ਦਾ ਪ੍ਰਚਾਰ ਹੋ ਰਿਹਾ ਜੀ ਅ ਇਹ ਬੜਾ ਇੱਕ ਨਾ ਟ੍ਰਿਕੀ ਕੁਐਸਚਨ ਹੈ ਤੁਹਾਡਾ ਕਿਉਂਕਿ ਜਿਹੜਾ ਦਰਬਾਰ ਸਾਹਿਬ ਤੋਂ ਜਿਹੜਾ ਕੀਰਤਨ ਹੋ ਰਿਹਾ ਹੈ ਜਦੋਂ ਕੋਈ ਰਾਗੀ ਸਿੰਘ ਕੋਈ ਗਲਤੀ ਕਰਦਾ ਉਹਨੂੰ ਉਸੇ ਵਕਤ ਨਹੀਂ ਟੋਕਿਆ ਜਾ ਸਕਦਾ ਉਹ ਪਤਾ ਤਾਂ ਮੌਕੇ ਤੇ ਹੀ ਲੱਗਦਾ ਹੈ ਨਾ ਔਰ ਕਿਉਂਕਿ ਅੱਜ ਕੱਲ ਸਭ ਕੁਝ ਰਿਕਾਰਡਡ ਹੁੰਦਾ ਔਨ ਲਾਈਵ ਹੁੰਦਾ ਐਸ ਲਈ ਗਲਤੀ ਜਿਹੜੀ ਹੁੰਦੀ ਆ ਉਹ ਪਕੜ ਵਿੱਚ ਆ ਜਾਂਦੀ ਹੈ ਇਹ ਨਹੀਂ ਸੀ ਕਿ ਅੱਗੇ ਗਲਤੀਆਂ ਨਹੀਂ ਸੀ ਹੁੰਦੀਆਂ ਅੱਗੇ ਗਲਤੀਆਂ ਇਸ ਲਈ ਪਕੜ ਵਿੱਚ ਨਹੀਂ ਸੀ ਆਉਂਦੀਆਂ ਕਿਉਂਕਿ ਲਾਈਵ ਡਾਇਰੈਕਟ ਸਾਰਾ ਕੁਝ ਨਹੀਂ ਸੀ ਹੁੰਦਾ ਬਸ ਇੱਕ ਹੋਰ ਬੇਨਤੀ ਵੀ ਸ਼੍ਰੋਮਣੀ ਗੁਰਦੁਆਰਾ ਕਮੇਟੀ ਦਾ ਜਿਹੜਾ ਮੀਡੀਆ ਦਾ ਥੰਮ ਹੈ ਆਪਣਾ ਹੋਣਾ ਚਾਹੀਦਾ ਈਵਨ ਕੇ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਪਣਾ ਜਿਹੜਾ ਮੀਡੀਆ ਬਿੰਗ ਹੈ ਕੋਈ ਬਹੁਤਾ ਵਧੀਆ ਨਹੀਂ ਤੁਸੀਂ ਉਹਨਾਂ ਦਾ ਫੇਸਬੁੱਕ ਅਕਾਊਂਟ ਚੈੱਕ ਕਰਿਆ ਜੇ ਟਵਿੱਟਰ ਚੈੱਕ ਕਰਿਆ ਜੇ ਉਹ ਬਹੁਤਾ ਵਧੀਆ ਨਹੀਂ ਹੈ ਬਹੁਤੇ ਜਿਆਦੇ ਫਾਲੋਅਰ ਵੀ ਨਹੀਂ ਹੈ ਉਹ ਸਗੋਂ ਪ੍ਰਚਾਰ ਜਿਹੜਾ ਹੈ 100 ਸਾਲਾਂ ਦਾ ਪ੍ਰਚਾਰ ਵੈਬ ਚੈਨਲਾਂ ਨੂੰ ਇਸ ਵਾਰ ਉ체ਚੇ ਤੌਰ ਤੇ ਦਿੱਤਾ ਗਿਆ ਤੁਸੀਂ ਕੀ ਕਾਰਨ ਬਣਦੇ ਹੋ ਵੀ ਹਾਂ ਇਹ ਵੈਬ ਚੈਨਲ ਨੂੰ ਪ੍ਰਚਾਰ ਲਈ ਕਿਹਾ ਗਿਆ ਵੀ 100 ਸਾਲਾ ਮਨਾਇਆ ਜਾ ਰਿਹਾ ਕੀ ਕਾਰਨ ਬਣਦੇ ਦਾ ਇਸ ਪਾਸੇ ਯੋਗ ਕਦੀ ਮੁਲਾਜ਼ਮ ਭਰਤੀ ਨਹੀਂ ਕੀਤੇ ਗਏ ਜਿਹੜੇ ਕਿ ਇਸ ਟੈਕਨੋਲੋਜੀ ਨੂੰ ਸਮਝਦੇ ਹੋਣ ਔਰ ਇਸ ਟੈਕਨੋਲੋਜੀ ਦੀ ਵਰਤੋਂ ਕਰ ਸਕਦੇ ਹੋਣ ਜੀ ਇਹੀ ਕਾਰਨ ਹੈ ਦਾ ਜੇ ਇੱਕ ਹੋਰ ਕੁਐਸਚਨ ਜਿਹੜਾ ਹੈਗਾ ਵੀ ਜਿਹੜੀਆਂ ਹੁਣ ਇਸ ਵਾਰ ਚਿੱਤਰ ਪ੍ਰਦਰਸ਼ਨੀਆਂ ਲੱਗੀਆਂ 100 ਸਾਲਾਂ ਦੇ ਉੱਤੇ ਉਹ ਚਿੱਤਰ ਪ੍ਰਦਰਸ਼ਨੀਆਂ ਦੇ ਵਿੱਚ ਜਵਾਹਰ ਲਾਲ ਨਹਿਰੂ ਦੀਆਂ ਫੋਟੋਆਂ ਵੀ ਲੱਗੀਆਂ گیਆਂ ਉਸ ਬਾਰੇ ਤੁਸੀਂ ਕੀ ਟਿੱਪਣੀ ਕਰੋਗੇ ਉਹ ਤਾਂ ਮੈਂ ਅੱਜ ਹੀ ਚਿੱਤਰ ਪ੍ਰਦਰਸ਼ਨੀ ਦੇਖੀ ਹੈ ਜੀ ਕਿ Nehru ਦੀ ਤਾਂ ਕੋਈ ਫੋਟੋ ਨਹੀਂ ਸੀ ਉਹਦੇ ਵਿੱਚ ਜਦੋਂ ਤੁਸੀਂ ਦੇਖੋਗੇ ਵੀ ਉਹ ਨਾਬੇ ਜੇਲ੍ਹ ਦੇ ਵਿੱਚ ਖੜਿਆ ਨਾਬੇ ਜੇਲ੍ਹ ਦੇ ਵਿੱਚ ਉਹ ਫੋਟੋਆਂ ਬਿਲਕੁਲ ਬਕਾਇਦਾ ਦਿਸੀਆਂ ਨੇ ਉਹਨਾਂ ਨੂੰ ਹੱਥ ਕੜੀ ਲੱਗੀ ਹੈ ਜਵਾਰਲਾ Nehru ਨੂੰ ਜੇਲ੍ਹ ਦੇ ਬਾਹਰ ਅ ਮੈਂ ਜਿਹੜੀ ਦੇਖੀ ਪਤਾ ਨਹੀਂ ਮੇਰੇ ਧਿਆਨ ਵਿੱਚ ਇਹ ਗੱਲ ਨਹੀਂ ਹੈ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਜੇ ਕੀਤੀ ਵੀ ਹੋਵੇ ਤੇ ਇਹ ਤਾਂ ਇਤਿਹਾਸ ਦਾ ਹਿੱਸਾ ਹੈ ਜੀ ਪਰ ਇਹ ਇਸ ਨੂੰ ਆਪ ਲਿਖ ਸਕਦੇ ਹਾਂ ਇਤਿਹਾਸਿਕ ਤੌਰ ਦੇ ਉੱਤੇ ਵੀ ਜਵਾਹਰ ਲਾਲ ਨਹਿਰੂ ਦੀ ਗ੍ਰਿਫਤਾਰੀ ਸਬੰਧੀ ਤੁਸੀਂ ਕੀ ਕਹੋਗੇ ਐਹੋ ਜੀ ਕੀ ਚੀਜ਼ ਮੈਂ ਨਹੀਂ ਦੇਖੀ ਜੀ ਮੈਂ ਜਾਂ ਤਾਂ ਤੁਹਾਨੂੰ ਦਿਖਾਉ ਉਹ ਕਿਹੜੀ ਫੋਟੋ ਹੈਗੀ ਸੀ ਮੈਂ ਨਹੀਂ ਦੇਖੀ ਮੈਂ ਤਾਂ ਕੀ ਕਮੈਂਟ ਕਰ ਸਕਦੀ ਹਾਂ ਅੱਛਾ ਜੀ ਠੀਕ ਹੈ ਤੇ ਹੁਣ ਜੇ ਤੁਸੀਂ ਅ ਅੱਜ ਦੇ ਸਮੇਂ ਦੇ ਵਿੱਚ ਸੋ ਮਨੀ ਕਮੇਟੀ ਦੇ ਜਿਹੜੇ 100 ਸਾਲਾ ਕੋਈ ਵਿਸ਼ੇਸ਼ ਕੌਮ ਨੂੰ ਕੋਈ ਸੰਦੇਸ਼ ਦੇਣਾ ਚਾਹੋ ਕੌਮ ਦੇ ਵਿੱਚ ਉਹੀ ਜਜ਼ਬਾ ਅਗਰ ਸੁਰਜੀਤ ਹੋ ਜਾਏ ਜਿਸ ਜਜ਼ਬੇ ਨੇ ਸ਼ਰਮਣੀ ਕਮੇਟੀ ਬਣਾਈ ਸੀ ਤਾਂ ਕੌਮ ਦੀ ਚੜ੍ਹਦੀ ਕਲਾ ਹੋ ਜਾਏ ਕਿਉਂਕਿ ਤੁਹਾਨੂੰ ਪਤਾ ਜਦੋਂ ਸ਼ਰਮਣੀ ਕਮੇਟੀ ਬਣਾਉਣ ਵਾਲਿਆਂ ਦੇ ਵਿੱਚ ਨੌਜਵਾਨ ਸੀ ਜਿਨ੍ਹਾਂ ਦੀ ਉਮਰ 30s ਵਿੱਚ 40s ਵਿੱਚ ਸੀ ਔਰ ਬੜੇ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਸੰਜਮ ਰੱਖ ਕੇ ਕੁਰਬਾਨੀ ਦੀ ਭਾਵਨਾ ਰੱਖ ਕੇ ਗੁਰੂ ਦੇ ਪ੍ਰਤੀਸ਼ੰਤ ਦਾ ਰੱਖ ਕੇ ਇਹ ਸਾਰੇ ਕਾਰਜ ਕੀਤੇ ਸੀ ਅੱਜ ਇਹ ਸਾਰੀ ਭਾਵਨਾ ਅੱਜ ਸਾਡੇ ਨੌਜਵਾਨਾਂ ਦੇ ਵਿੱਚ ਦੁਬਾਰਾ ਪ੍ਰਚੰਡ ਹੋ ਜਾਏ ਤੇ ਕੌਮ ਸਾਡੀ ਚੜ੍ਹਦੀ ਕਲਾ ਵਿੱਚ ਜਾਏਗੀ। ਤੁਸੀਂ ਕਹੇ ਕੌਮ ਚੜ੍ਹਦੀ ਕਲਾ ਵਿੱਚ ਜਾਏਗੀ। ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦਾ ਜ਼ਿਕਰ ਕਰਦੇ ਆ ਉਹਨਾਂ ਵਿੱਚ ਤੁਹਾਡਾ ਨਾਮ ਬਹੁਤ ਸਤਿਕਾਰ ਦੇ ਨਾਲ ਲਿਆ ਜਾਂਦਾ ਹੈ। ਈਵਨ ਕਿ ਤੁਸੀਂ ਕਈ ਵਾਰੀ ਉਹ ਉਹਦਿਆਂ ਨੂੰ ਠੋਕਰ ਵੀ ਮਾਰਦੇ ਹੋ ਵੀ ਨਹੀਂ ਜੇ ਤੁਸੀਂ ਇਸ ਤਰ੍ਹਾਂ ਕਰੋਗੇ ਮੈਂ ਪ੍ਰਵਾਹ ਨਹੀਂ ਕਰਨੀ। ਤੇ ਤੁਹਾਨੂੰ ਨਹੀਂ ਲੱਗਦਾ ਬਾਕੀ ਮੈਂਬਰਾਂ ਨੂੰ ਵੀ ਇਸ ਪਾਸੇ ਵੱਲ ਜਾਣਾ ਚਾਹੀਦਾ ਮੈਂ ਸਿਰਫ ਆਪਣੇ ਵਾਸਤੇ ਜਵਾਬ ਦੇ ਆ ਮੈਂ ਦੂਸਰਿਆਂ ਵਾਸਤੇ ਕੀ ਕਹਿ ਸਕਦੀ ਆ ਕਿੰਨੇ ਕੁ ਮੈਂਬਰ ਹੁੰਦੇ ਆ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਜੀ 180 ਦੇ ਕਰੀਬ 180 ਦੇ 180 ਦੇ ਮੈਂ ਇੱਕ ਸਰਦਾਰ ਦਰੋਚਨ ਸਿੰਘ ਤੇ ਕੁਝ ਹੋਰ ਜਿਹੜੇ ਸਹਿ ਹਰੇ ਨੇ ਉਹਨਾਂ ਦੇ ਮੈਂ ਇੱਕ ਰਿਪੋਰਟ ਪੜ੍ਹਦਾ ਸੀ ਪਿਛਲੇ ਸਮੇਂ ਚ ਤਿੰਨ ਜਥੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਿੰਨ ਚਾਰ ਮੈਂਬਰਾਂ ਨੂੰ ਵੀ ਮੰਨਿਆ ਗਿਆ ਸੀ ਵੀ ਆਹ ਵਾਲੇ ਆ ਉਹਨਾਂ ਦੇ ਤੁਹਾਡਾ ਵੀ ਬੜਾ ਸਤਿਕਾਰਯੋਗ ਪੂਰੇ ਪੰਥ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਤੁਹਾਡਾ ਨਾਮ ਬੜੇ ਸਤਿਕਾਰ ਦੇ ਨਾਲ ਲਿਆ ਜਾਂਦਾ ਇਸ ਗੱਲ ਦੇ ਲਈ ਅਸੀਂ ਪ੍ਰਾਊਡ ਫੀਲ ਕਰਦੇ ਆ ਵੀ ਸਾਡੇ ਭੈਣ ਜੀ ਹੈਗੇ ਤੇ ਪਰ ਅਸੀਂ ਪਰ ਅਸੀਂ ਤੁਹਾਨੂੰ ਅਪੀਲ ਜ਼ਰੂਰ ਕਰਾਂਗੇ ਐਨਆਰਆਈ ਭਾਈਚਾਰੇ ਵੱਲੋਂ ਵੀ ਜਿਵੇਂ ਤੁਸੀਂ ਅਹੁਦਿਆਂ ਨੂੰ ਠੋਕਰ ਮਾਰ ਦਿੰਦੇ ਹੋ ਤੁਹਾਨੂੰ ਨਹੀਂ ਲੱਗਦਾ ਵੀ ਇਹਦੇ ਵਿੱਚ ਰਹਿਣਾ ਚਾਹੀਦਾ ਜੇ ਰਹਾਗੇ ਅਸੀਂ ਸੁਧਾਰ ਕਰ ਸਕਦੇ ਆ ਨਹੀਂ ਫਿਰ ਬਾਹਰ ਨਿਕਲ ਕੇ ਤਾਂ ਨਹੀਂ ਸਫਾਈ ਹੋ ਸਕਦੀ ਮੈਂ ਹਾਲੇ ਪਾਰਟੀ ਤੇ ਵੇਚੀ ਆ ਜੀ ਮੈਂ ਤਾਂ ਨਾ ਕੋਈ ਸ਼੍ਰਮਿਕ ਕਮੇਟੀ ਦਾ ਅਹੁਦਾ ਛੱਡਿਆ ਤੇ ਨਾ ਮੈਂ ਅਕਾਲੀ ਦਲ ਛੱਡਿਆ ਪਰ ਤੁਸੀਂ ਅਕਾਲੀ ਦਲ ਅਕਾਲੀ ਦਲ ਦੇ ਤੁਹਾਨੂੰ ਮੈਂਬਰ ਜਦੋਂ ਉਹਦੇ ਇਸਤਰੀ ਵਿੰਗ ਦੇ ਵਿੱਚ ਸ਼ਾਮਲ ਕਰਨ ਦੀ ਗੱਲ ਹੋਈ ਸੀ ਉਹਦੇ ਤੁਸੀਂ ਕਹਿ ਦਿੱਤਾ ਸੀ ਵੀ ਜੇਕਰ ਇਹ ਬੀਬੀ ਸ਼ਾਮਲ ਕਰੋਗੇ ਵੀ ਮੈਂ ਇਹਦਾ 파ਟ ਨਹੀਂ ਹੋਣਾ ਪਰ ਉਹ ਤਾਂ ਬਹੁਤ ਵਧੀਆ ਡਿਸੀਜਨ ਸੀ। ਦੇਖੋ ਇਹਦੇ ਵਿੱਚ ਤਾਂ ਉਹ ਕਹਿੰਦੇ ਨਾ ਜਦੋਂ ਹੱਥ ਲਾਓ ਕਿਤੇ ਦਰਦ ਹੁੰਦੀ ਹੈ ਇਹ ਇਹ ਉਹ ਗੱਲ ਸੀ ਕਿਉਂਕਿ ਅਸੀਂ ਉਸ ਸਮਾਂ ਹੰਡਾਇਆ ਹੋਇਆ ਜਦੋਂ ਇਜ਼ਹਾਰ ਆਲਮ ਅੰਮ੍ਰਿਤਸਰ ਦਾ ਐਸਐਸਪੀ ਹੁੰਦਾ ਸੀ। ਅੱਜ ਉਹ ਪੰਥਕ ਹੋ ਕੇ ਤੇ ਸਾਡੇ ਬਰਾਬਰ ਬੈਠੇ ਅਸੀਂ ਕਦੇ ਅਕਾਲੀ ਰਹਿ ਗਏ। ਅਸੀਂ ਕਦੇ ਪੰਥਕ ਆ। ਸਰ ਜੀ ਤੁਹਾਡਾ ਬਹੁਤ ਧੰਨਵਾਦ। ਤੁਸੀਂ ਬਹੁਤ ਸਮਾਂ ਦਿੱਤਾ ਸਾਨੂੰ ਜੀ। ਅਸੀਂ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹਾਂ। ਤੇ ਸਾਸੀ پراਉਡ ਫੀਲ ਵੀ ਕਰਦੇ ਆ ਸਾਡੀ ਐਡੀ ਵੱਡੀ ਪੰਥ ਦੀ ਮਹਾਨ ਸੰਸਥਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਾਨੂੰ ਇਸ ਗੱਲ ਦਾ ਗਿਲਾ ਵੀ ਹੈ ਵੀ ਜਿਹੜਾ ਵੀ ਕੋਈ মিডিਆ ਦਾ ਬੰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਸਵਾਲ ਚੁੱਕਦਾ ਉਸ ਨੂੰ ਪੰਥ ਵਿਰੋਧੀ ਗਰਦਾਨਿਆ ਜਾਂਦਾ ਵੀ ਇਹ ਪੰਥ ਦਾ ਵਿਰੋਧੀ ਹਿੱਸਾ ਹੈ ਵੀ ਸ਼੍ਰੋਮਣੀ ਅਕਾਲੀ ਦਲ ਤੇ ਪ੍ਰਬੰਧਕ ਕਮੇਟੀ ਦਾ ਵਿਰੋਧ ਕਰਦਾ ਅ ਹਰ ਹਰ ਜਿਹੜਾ ਵਿਰੋਧ ਹੁੰਦਾ ਉਹ ਜ਼ਰੂਰਤ ਨਹੀਂ ਜ਼ਰੂਰੀ ਨਹੀਂ ਸਿਆਸਤ ਤੋਂ ਪ੍ਰੇਰਿਤ ਹੋਏ ਪਰ ਤੁਸੀਂ ਦੇਖੋ ਕਈ ਜਿਸ ਤਰ੍ਹਾਂ ਵਿਰੋਧ ਜਿਹੜੇ ਕਰਦੇ ਜਿਹੜੇ ਨਿਤਨੇਮ ਦੀਆਂ ਬਾਣੀਆਂ ਤੇ ਵਿਰੋਧ ਕਰੀ ਜਾਂਦੇ ਜੀ ਜਿਹੜੇ ਜਿ ਪ੍ਰਵਾਨਿਤ ਜਿਹੜੀ ਮਰਿਆਦਾ ਉਹਦਾ ਵਿਰੋਧ ਕਰੀ ਜਾਂਦੇ ਤੇ ਅਸੀਂ ਉਹਨਾਂ ਨੂੰ ਸਿੱਖ ਤੈਸ਼ੀ ਕਿਵੇਂ ਮੰਨ ਲਈਏ ਸੋ ਪਰ ਇਹ ਗੱਲ ਮੈਂ ਵੀ ਕਵਾਂਗੀ ਕਿ ਹਰ ਗੱਲ ਦਾ ਸਮਰਥਨ ਤਾਂ ਮੈਂ ਵੀ ਨਹੀਂ ਕਰਦੀ ਮੈਂ ਵੀ ਤਾਂ ਪਾਰਟੀ ਦੇ ਵਿੱਚ ਰਹਿ ਕੇ ਜਿੱਥੇ ਮੈਨੂੰ ਲੱਗਦਾ ਹੈ ਕਿ ਵੀ ਇਹ ਮੁੱਦਾ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਹੋਣਾ ਚਾਹੀਦਾ ਆਵਾਜ਼ ਤਾਂ ਮੈਂ ਵੀ ਬੁਲੰਦ ਕਰਦੀ ਆ ਆਵਾਜ਼ ਬੁਲੰਦ ਕਰਨ ਤੋਂ ਤਾਂ ਕੋਈ ਨਹੀਂ ਰੋਕਦਾ ਥੈਂਕ ਯੂ ਤੁਹਾਡਾ ਬਹੁਤ ਧੰਨਵਾਦ ਤੁਸੀਂ ਸਮਝਾ ਦਿੱਤਾ ਜੀ ਮਾਈਕ ਜੀ ਦਾ ਖਾਲਸਾ ਹੱਸਾ ਵਾਏ ਗੁਜੀ ਕੀ ਫਤਹਿ ਫਤਹਿ